आकाश पूजा वजीर को ला। पहले इस विले खास खास खबर प्रधानमंत्री नरेंद्र मोदी और जो सरकार ने असरदार नीतियां तैयार करने संकोच करने ते परिवारवाद की खत्म करी दिता है ਪ੍ਰਧਾਨ ਮੰਤਰੀ ਹੋਰ ਅੱਜ ਕੇਰਲ ਚ ਕੋਈ 1800 ਕਰੋੜ ਰੁਪਏ ਦੀਆਂ ਅੰਤਰਿਕਸ਼ ਪ੍ਰੋਜੈਕਟਾਂ ਦਾ ਉਦਘਾਟਨ ਕਰਗਨ ਵਿਦੇਸ਼ ਮੰਤਰੀ ਐਸ ਜੇ ਸ਼ੰਕਰੋ ਨੇ ਆਖਿਆ ਹੈ ਜੇ ਭਾਰਤ ਪੱਛਮੀ ਬੰਨੇ ਸਨ ਬੰਨੇ ਪਾਰੇ ਦੀਆਂ ਚੁਣੌਤੀਆਂ ਦਾ ਬਨਕਦਾ ਪਰਤਾ ਦਿਆ ਕਰਦਾ ਹੈ ਰਾਸ਼ਟਰਪਤੀ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਹੋਰੇ ਮਸ਼ਹੂਰ ਗਜ਼ਲ ਗਾਇਕ ਪੰਕਜ ਉਦਾਸੂੰਦੀ ਮੌਤ ਪਰ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਫਿਲਿਸਤੀਨ ਦੇ ਪ੍ਰਧਾਨ ਮੰਤਰੀ ਮੁਹੰਮਦ ਚਤਈਆ ਹੋਰੇ ਗਜਾ ਜੰਗ ਦੇ ਚਲਦੇ ਆਪਣੇ ਅਹੁਦੇ ਪਰਾ ਅਸਤੀਫਾ ਦੇ ਦਿੱਤਾ ਹੈ ਤੇ ਮਹਿਲਾ ਪ੍ਰੀਮੀਅਰ ਕ੍ਰਿਕਟ ਲੀਗ ਚ ਦਿੱਲੀ ਕੈਪੀਟਲਸ ਨੇ ਯੂਪੀ ਵਾਰੀਅਰਸ ਦੀ 9 ਵਿਕਟੇ ਕੰਨੇ ਰਾਇਆ ਹੈ ਉਹਨ ਖਬਰਾਂ ਤਫਸੀਲ ਕਰਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਹੈ ਜੇ ਉਹਦੀ ਸਰਕਾਰ ਨੇ ਅਸਰਦਾਰ ਨੀਤੀਆਂ ਤਿਆਰ ਕਰਨੇ ਚ ਅਛਮਤਾ ਤੇ ਪਰਿਵਾਰਵਾਦ ਵਾਲੀ ਸਿਆਸਤ ਦੀ ਖਤਮ ਕਰੀ ਦਿੱਤਾ ਹੈ ਨਮੀ ਦਿੱਲੀ ਚ ਇੱਕ ਪ੍ਰਾਈਵੇਟ ਟੀਵੀ ਚੈਨਲ ਦੇ ਕੁੱਲ ਸੰਸਾਰੀ ਸੰਮੇਲਨ ਚ ਆਪਣੇ ਸੰਬੋਧਨ ਚ ਪ੍ਰਧਾਨ ਮੰਤਰੀ ਹੋ ਰਿਹਾ ਆਖਿਆ ਜੇ ਉੰਦੀ ਸਰਕਾਰ ਮੁਲਕ ਸਭਨੇਸ਼ਾ ਪਹਿਲੇ ਵਾਲੇ ਉਸੂਲ ਕੀ ਸਭਨੇਸ਼ਾ ਉੱਪਰ ਰੱਖੀ ਰੱਖੀਏ ਕੰਮ ਕਰਦੀ ਹੈ ਉਹਨੇ ਦਫਾ 370 ਕੀ ਖਤਮ ਕਰਨ ਕੋਲਾ ਲਈਏ ਰਾਮ ਮੰਦਰ ਬੰਨਨੇ ਦਾ ਗਰਦਾ ਜ਼ਿਕਰ ਕਰਦੀ ਹੋਈ ਆਖਿਆ ਜੇ ਸਰਕਾਰ ਨੇ ਮੁਲਕੇ ਕੀ ਸਭਨੇਸ਼ਾ ਉੱਪਰ ਰੱਖਦੇ ਹੋਈ ਕਈ ਧਾਕੇ ਥਮਾ ਲਟਕੇ ਗੇਦੇ ਅਧੂਰੇ ਕੰਮੇ ਕੀ ਪੂਰਾ ਕੀਤਾ ਹੈ मोदी सरकार पिछली सरकारें आसिया अपनाई लटकाने परियोजनाएं भटकाने सोच की पिछे छोड़ दे हुए हर कम समय सिर तोड़ चाड़ने अरसे थमा लटके प मुदे तौले सुलझाने आला रो अपनाई कम करा कर दी है। उन्हें आख्या भारत अपनी सुनहरी भविख ल ਦਿਨ ਭਾਰਤ ਸਖਤ ਮਸ਼ੱਕਤ ਕਰਾ ਕਰਦਾ ਹੈ ਤੇ ਅੱਜ ਹਰ ਇੱਕ ਦੀ ਅੱਖ ਭਾਰਤ ਪਰ ਹੈ ਉਹਨੇ ਆਖਿਆ ਜੇ ਸਰਕਾਰੀ ਦਫਤਰ ਉਹਨ ਸਮੱਸਿਆ ਨਹੀਂ ਲੋਕੇ ਦੇ ਮਦਦਕਾਰ ਬਣਾ ਕਰ ਦੇਣ ਦੁਨੀਆ ਆਖਾ ਕਰਦੀ ਹੈ ਜੇ ਭਾਰਤ ਉਹਨ ਇੱਕ ਲੰਮੀ ਛਾਲ ਮਾਰਨੇ ਦੀ ਤਿਆਰ ਹੈ ਤੇ ਇਹਦਾ ਕਾਰਨ ਹੈ ਪਿਛਲੇ ਦਸੇ ਬਰੇ ਦੌਰਾਨ ਤਿਆਰ ਕੀਤਾ ਗਿਆ ਦਾ ਲੌਂਚਿੰਗ ਪੈਡ ਜਿਹਦੇ ਪਰਾ ਉਹ ਇਹ ਭਾਰਤ ਇੱਕ ਛਾਲ ਮਾਰਨੇ ਦੀ ਤਿਆਰੀ ਚ ਹੈ ਪ੍ਰਧਾਨ ਮੰਤਰੀ ਹੋਰੇ ਆਖਿਆ ਜੇ ਪਿਛਲੇ 10 ਬਰਾਂਚੇ ਭਾਰਤ ਨੇ ਹਰ ਇੱਕ ਮਾਨੂ ਦੀ ਸੋਚ ਉਹਦੀ ਮਾਨਸਿਕਤਾ ਆਤਮ ਵਿਸ਼ਵਾਸ ਤੇ ਸੁਸ਼ਾਸਨ 24 ਸਕਾਰਾਤਮਕ ਬਦਲਾਵ ਲਿਆਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਕੇਰਲ ਦੇ ਇੱਕ ਧਾੜੇ ਦੇ ਦੌਰੇ ਪਰ ਤਿਰੂਵੰਥਮਪੁਰਮ ਜਾਗਨ ਪ੍ਰਧਾਨ ਮੰਤਰੀ ਹੋਰ ਉੱਥੇ ਵਿਕਰਮ ਸਾਰਾ ਭਾਈ ਅੰਤਰਿਕਸ਼ ਕੇਂਦਰ ਦਾ ਦੌਰਾ ਕਰਗਨ ਤੇ ਤਕਰੀਬਨ 1800 ਕਰੋੜ ਰੁਪਏ ਦੀ ਤਿੰਨ ਮੱਤਪੂਰਨ ਅੰਤਰਿਕਸ਼ ਦੀ ਬੁਨਿਆਦੀ ਪ੍ਰੋਜੈਕਟਾਂ ਦਾ ਉਦਘਾਟਨ ਕਰਗਨ ਸ਼੍ਰੀ ਮੋਦੀ ਹੋਰ ਇਨ ਪ੍ਰੋਜੈਕਟਾਂ ਚ ਸਤੀਸ਼ ਧਵਨ ਅੰਤਰਿਕਸ਼ ਕੇਂਦਰ ਸ਼੍ਰੀ ਹਰੀਕੋਟਾ ਚ ਪੀਐਸਐਲਵੀ ਏਕੀਕਰਨ ਸੁਵਿਧਾ ਪੀਆਈਐਫ ਮਹਿੰਦਰਾਗੀਰੀ ਚ ਇਸਰੋ ਪ੍ਰੋਪਲਸ਼ਨ ਕੰਪਲੈਕਸ ਚ ਨਮੀ ਸੈਮੀ ਕ੍ਰਾਇਓਜੈਨਿਕਸ ਇੰਟੀਗ੍ਰੇਟਿਡ ਇੰਜਨ ਟੈਸਟਿੰਗ ਸੁਵਿਧਾ ਵੀਐਸਐਸਸੀ ਅੰਤਰਿਕਸ਼ ਕੇਂਦਰ ਥਿਰੂਵੰਤਨਮ ਪੂਰਮ ਚ ਟ੍ਰਾਈਸੋਨਿਕ ਵਿੰਡ ਟਨਲ ਜਨਈਆ ਪ੍ਰਯੋਜਨਾ ਸ਼ਾਮਿਲਨ ਇਹਦੇ ਕੰਨੇ ਕੇ ਪ੍ਰਧਾਨ ਮੰਤਰੀ ਗਗਨ ਯਾਨ ਮਿਸ਼ਨ ਦੀ ਪ੍ਰਗਤੀ ਦੀ ਵੀ ਸਮੀਖਿਆ ਕਰਗਨ ਸ਼੍ਰੀ ਮੋਦੀ ਭਾਜਪਾ ਦੀ ਰਾਜ ਯਕਾਈ ਤਰਫਾ ਆਯੋਜਿਤ ਪੈਦਲ ਯਾਤਰਾ ਦੇ ਸਮਾਪਨ ਸਮਾਰੋਹ ਕੀ ਸੰਬੋਧਿਤ ਕਰਗਨ ਭਾਜਪਾ ਦੇ નેਤਰਤਵ ਵਾਲੀ ਐਨਡੀਐ ਨੇ 27 ਜਨਵਰੀ ਕੀ ਕਸਰਗੋੜ ਥਮਾ ਭਾਜਪੀ ਨੇਤਰਤਵ ਵਾਲੀ ਐਨਡੀਐ ਨੇ ਆਨੇ ਆਲੀ ਲੋਕ ਸਭਾ ਚੁਣਾਵੇ ਆਸਤੇ ਪੈਦਲ ਯਾਤਰਾ ਅਭਿਆਨ ਸ਼ੁਰੂ ਕੀਤਾ ਹੈ ਸਮਾਰੋਹ ਕੀ ਸੰਬੋਧਿਤ ਕਰਨੇ ਮਗਰਾ ਪ੍ਰਧਾਨ ਮੰਤਰੀ ਔਰ ਤਮਿਲਨਾਡੂ ਆਸਤੇ ਰਵਾਨਾ ਹੋਈ ਜਾਂਗਨ विदेश मंत्री डॉक्टर एस जयशंकर जे, जे पछमी मोर्चे पर बनने पार आतंकवाद की लंबे चिं थमा चली दा चुनौतियों और मजबूती कता दिता जा रहा है उन्हें आख्या बालाकोट जने कारवाई ने सख्त स्ने दिता हा। जवाहरलाल नेहरू विश्वविद्यालय भारत दे विश्व विषय पर पंडित हृदयनाथ कुंजरू मेमोरियल व्याख्यान दो हजार चौबीस को संबोधित करते हुए डॉक्टर जयशंकर जे भारत ने मजबूत इरादे ते सबर करने राष्ट्रीय सुरक्षा के खेत चंह पुटी है ਉਨੇ ਗਲਾਇਆ ਜੇ ਜਿਸ ਲਈ ਭਾਰਤ ਦੀ ਕੋਵਿਡ ਦੌਰਾਨ ਚੀਨ ਕੰਨੇ ਅਸਲ ਕਬਜ਼ਾ ਰੇਖਾ ਪਰ ਚੁਣੌਤੀ ਦਿੱਤੀ ਗਈ ਤਾਂ ਫੌਰੀ ਤੇ ਅਸਰਦਾਰ ਜਵਾਬ ਦੇ ਇਸ ਦੇ ਕੰਨੇ ਨਿਭਣਨੇ ਦਾ ਬਿਹਤਰ ਉਪਾਹਾ ਉਨੇ ਗਲਾਇਆ ਜੇ ਬੰਨੇ ਪਰ ਬੁਨਿਆਦੀ ਢਾਂਚੇ ਦੀ ਲੰਮੇ ਚੀਰੇ ਥਮਾ ਉਹਰਦੀ ਅਨਦਖੀਗੀ ਦੂਰ ਕਰਨੇ ਆਸਤੇ ਰਾਸ਼ਟਰੀ ਸੁਰੱਖਿਆ ਕੀ ਹੋਰ ਮਤਾ ਸਰਦਾਰ ਬਣਾਇਆ ਗਿਆ ਹੈ ਵਿਦੇਸ਼ ਮੰਤਰੀ ਹੋਰੇ ਆਖਿਆ ਜੇ ਭਾਰਤ ਦੇ ਆਰਥਿਕ ਵਿਕਾਸ ਤੇ ਰਾਜਨੀਤਿਕ ਤੇ ਸਾਂਸਕ੍ਰਿਤਿਕ ਸਨੇ ਬਕ ਬਕ ਖੇਤਰੇ ਚ ਕੀਤੇ ਗੇ ਦੇ ਕੰਮ ਆਪਣੇ ਆਪਾ ਚ ਪ੍ਰਤੀਕਾਤਮਕ ਨੋ ਤੇ ਔਰਦੂਏ ਦੇ ਆਖਨੇ ਮੁਜਬ ਨਹੀਂ ਚਲਦਾ ਹੈ ਇੱਕ ਸੁਤੰਤਰ અભિવ્યਕਤੀ ਹੈ ਆਉਂਦੇ ਲੋਕ ਸਭਾ ਚੁਨਾਵ ਕੋਲਾ ਪਹਿਲੇ ਬੈਂਕ ਤੇ ਡਾਕਰ ಮತਦਾਤਾ ਇੱਚੇ ਜਾਗਰੂਕਤਾ ਵਧਾਣੇ ਤੇ ਇੰਦੇ ਤਹਰ ਪੁਜ ਬਣਾਣੇ ਚ ਨਿਰਵਾਚਨ ਆਯੋਗ ਦੀ ਸਹਾਇਤਾ ਕਰਗ ਇਹ ਆਪਣੀ ਤਰ੍ਹਾਂ ਦੀ ਨਵੀਂ ਪਹਿਲ ਹੈ ਇਹਦੇ ਤਹਿਤ ਆਯੋਗ ਨੇ ਨਵੀਂ ਦਿੱਲੀ ਚ ਕੱਲ ਭਾਰਤੀ ਬੈਂਕ ਯੂਨੀਅਨ ਦੇ ਮਹਿਕਮੇ ਡਾਕ ਕਨੇ ਇਸ ਸਹਿਮਤੀ ਪੱਤਰੇ ਪਰ ਦਸਤਖਤ ਕੀਤੇ ਤਾਂ ਜੇ ಮತਦਾਤਾ ਇੰ ਤਹਰ ਪੁਜ ਤੇ ਉੰਦੇ ਚ ਜਾਗਰੂਕਤਾ ਵਧਾਣੇ ਦੇ ਯਤਨੇ ਕੀ ਤੇਜ ਕੀਤਾ ਜਾイ ਸਕੇ ਇਹ ਖਬਰਾਂ ਤੁਸ ਆਕਾਸ਼ਵਾਨੀ ਪਰਾ ਸੁਨਾਰਦੇ ਹੋ ਰਾਸ਼ਟਰਪਤੀ ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਹੋਰ ਨੇ ਕਈ ਲੋਕਾਂ ਮੰਨੇ ਪਰਮਨੇ ਦੇ ਗਜ਼ਲ ਗਾਇਕ पंकज उदास हमारी मोती पर डूंगा दुख प्रकट किया है राष्ट्रपति द्रौपदी मुर्मू जे ते ने हो पद्मश्रीस्कार सम्मानित पंकज उदास हो सुगम संगीत की लोकप्रिय बनाने च बड़ा महत्व योगदान दिता उन्हें सुरगवासी के परिवार आ प्रशंसकें भी हमदर्दी प्रकट की उपराष्ट्रपति जगदीप धनखड़ और अपनी सोगी च आख्या जे संगीत की दुनिया च पंकज उदास हुंदा योगदान हमेशा हमेशा चेता रखा जा ਉਨੇ ਵੀ ਉਹਦੇ ਪਰਿਵਾਰ ਆਲੇ ਤੇ ਪ੍ਰਸ਼ੰਸਕ ਕੇ ਕਰਨੇ ਦੁੱਖ ਤੇ ਅਮਦਰਦੀ ਪ੍ਰਗਟ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਪੰਕਜ ਉਦਾਸ ਹੁੰਦੇ ਨਹੀਂ ਰੋਣੇ ਪਰ ਆਪਣੇ ਸੰਦੇਸ਼ ਚ ਆਖਿਆ ਜੇ ਉਹਦੇ ਗਾਇਨ ਚ ਭਾਵਨਾਏ ਦੀ ਵਿਆਪਕਤਾ ਹੀ ਤੇ ਉੰਡੀਆਂ ਗਜ਼ਲਾਂ ਸਿੱਧੇ ਆਤਮਾ ਕੀ ਛੂਹੀ ਦਿੰਦੀਆਂ ਹੀਆਂ ਉਹਨੇ ਪੰਕਜ ਉਦਾਸ ਕੀ ਭਾਰਤੀ ਸੰਗੀਤ ਦੀ ਐਸੀ ਪ੍ਰਮੁਖ ਅਸਤੀ ਕਰਾਰ ਦਿੱਤਾ ਜਿੰਦਾ ਸੰਗੀਤ ਕਈ ਪੀੜੀਆਂ ਤੱਕ ਸੁਨਿਆ ਜਾਗ ਪੰਕਜ ਉਦਾਸ ਹੁੰਦੀ ਕੱਲ ਮੁੰਬਈ ਚ ਮੌਤ ਹੋਈ ਗਈ ਹੀ ਫਿਲਸਤੀਨ ਪ੍ਰਧਾਨ ਮੰਤਰੀ ਮੁਹੰਮਦ ਸ਼ਤੀਏ ਹੋਰੇ ਗਾਜ਼ਾ ਚ ਚਲਾਰਦੀ ਜੰਗ ਦੇ ਪਛੋਕੜੇ ਚ 26 ਫਰਵਰੀ ਕੀ ਆਪਣੇ ਅਸਤੀਫੇ ਦੀ ਘੋਸ਼ਣਾ ਕੀਤੀ ਫਿਲਸਤੀਨ ਦੇ ਪ੍ਰਧਾਨ ਮੰਤਰੀ ਦਾ ਅਸਤੀਫਾ ਐਸੇ ਸਮੇਂ ਆਇਆ ਜਿਸ ਲਈ ਫਿਲਸਤੀਨ ਦੇ ਉੱਪਰ ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਚ ਆਪਣੇ ਸ਼ਾਸਨ ਤੇ ਵਿਵਸਥਾ ਕੀ ਸੁਧਾਰਨ ਵਾਸਤੇ ਸੰਯੁਕਤ ਰਾਜ ਅਮਰੀਕਾ ਦਾ ਦਬਾਅ ਆ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰੋ ਨੇ ਪਿਛਲੇ ਬਰੇ 7 ਅਕਤੂਬਰ ਕੀ ਇਜ਼ਰਾਈਲ ਚ ਹਮਾਸ ਦੇ ਆਤੰਕੀ ਹਮਲੇ ਦੀ ਨਿੰਦਾ ਕੀਤੀ ਹੈ। ਸੰਯੁਕਤ ਰਾਸ਼ਟਰ ਮਾਨਵ ਅਧਿਕਾਰ ਪਰਿਸ਼ਦ ਦੇ ਪਚੁੰਜਵੇਂ ਸਤਤਰ ਕੀ ਵਰਚੁਅਲ ਟੰਗੇ ਸੰਬੋਧਿਤ ਕਰਦਿਓ ਵਿਦੇਸ਼ ਮੰਤਰੀ ਹੋ ਰਿਹਾ ਕਿ ਆਹ ਜੇ ਟੱਕਰੇ ਕੰਨੇ ਪੈਦਾ ਹੋਏ ਦੇ ਮਨੁੱਖਤਾ ਸਰਬੰਧੀ ਸੰਕਟ ਆ ਜਲਦ ਕੇ ਹੱਲ ਕਰਨੇ ਦੀ ਲੋੜ ਹੈ। ਜਿਹਦੇ ਕੰਨੇ ਜੰਗ ਕੋਲਾ ਪ੍ਰਭਾਵਿਤ ਲੋਕਾਂ ਕੀ ਜਲਦ ਰਾਤ ਮਿਲੋਗ। ਉਹਨੇ ਆਖਿਆ ਜੇ ਆਤੰਕਵਾਦੀ ਲੋਕਾਂ ਕੀ ਬੰਦੀ ਬਣਾਉਣੇ ਦੇ ਮਾਮਲੇ ਕੀ ਸਵੀਕਾਰ ਨਹੀਂ ਕੀਤਾ ਜਾ ਸਕਦਾ ਤੇ ਆਸ਼ਾ ਕੀਤੀ ਹੈ ਜੇ ਆਪਸੀ ਟਕਰਾ ਖੇਤਰ ਦੇ ਅੰਦਰ ਜਾਂ ਇਹਦੇ ਕੋਲ ਅੱਗੇ ਨਹੀਂ ਫੈਲਗ ਡਾਕਟਰ ਜੈ ਸ਼ੰਕਰ ਹੋਰਿਆ ਆਖਿਆ ਜੀ ਅੰਤਰਰਾਸ਼ਟਰੀ ਮਾਨਵਿਕ ਕਾਨੂੰਨ ਦਾ ਹਮੇਸ਼ਾ ਮਾਨ ਕੀਤਾ ਜਾਣਾ ਚਾਹੀਦਾ ਉਹਨੇ ਆਖਿਆ ਜੀ ਦੋ ਰਾਜਿਆਂ ਦੇ ਅਲਪਰ ਵੀ ਖਾਸ ਧਿਆਨ ਦੇਣਾ ਚਾਹੀਦਾ ਜਿੱਥੇ ਫਿਲਸਤੀਨ ਲੋਕ ਇਜ਼ਰਾਈਲੀ ਲੋਕ ਕੇ ਕਨੇ ਰਲিয়ে ਰੋਨ ਮਹਿਲਾ ਪ੍ਰੀਮੀਅਰ ਲੀਗ ਕ੍ਰਿਕਟ ਚ ਕੱਲ ਰਾਤੀ ਬੈਂਗਲੁਰੂ ਚ ਦਿੱਲੀ ਕੈਪੀਟਲਸ ਨੇ ਯੂਪੀ ਵਾਰੀਅਰਸ ਕੀ 9 ਵਿਕਟੇ ਕਰਨੇ ਰਾਹ ਦਿੱਤਾ ਦਿੱਲੀ ਕੈਪੀਟਲਸ ਨੇ 14 ਓਵਰਾਂ ਤੇ 30 ਗੇਂਦੇ ਚ 1 ਵਿਕਟ ਦੇ ਨੁਕਸਾਨ ਪਰ 132 ਰੰਝ ਬਣਾਈਏ ਜਿੱਤ ਲਈ ਲੋਟਸ ਦੇ 120 ਰੰਝ ਦੇ ਲਕਸ਼ ਕੀ ਪਾਰ ਕਰ ਹੀ ਲੇਤਾ ਦਿੱਲੀ ਲਈ ਸ਼ਿਫਾਲੀ ਵਰਮਾ 43 ਗੇਂਦੇ ਪਰ ਸਭਨੇਸ਼ਾ ਮਤੇ 48 ਰੰਝ ਬਣਾਈਏ ਨਾਟ ਆਊਟ ਰਹੀਆਂ ਜਿਸ ਲਈ ਜੇ ਕਪਤਾਨ ਮੈਗ ਲੈਨਿੰਗ ਨੇ 43 ਗੇਂਦੇ ਚ ਕੁੰਜਾ ਰਨ ਬਣਾਏ ਪਹਿਲੇ ਬੱਲੇਬਾਜ਼ੀ ਕਰਦਿਓ ਯੂਪੀ ਵਾਰੀਅਰਸ ਨੇ ਬੀ ਓਵਰਿੰਚੇ 9 ਵਿਕਟੇ ਦੇ ਨੁਕਸਾਨ ਪਰ 119 ਰੰਝ ਬਣਾਏ। ਕੱਲ ਰਾਂਚੀ ਚ ਮੌਜੂਦਾ ਟੈਸਟ ਸ਼੍ਰंखला ਦੇ ਚੌਥੇ ਮੈਚ ਚ ਭਾਰਤ ਨੇ ਇੰਗਲੈਂਡ ਕੀ ਪੰਜੇ ਵਿਕਟੇ ਕੰਨੇ ਰਾਈਏ ਸ਼੍ਰंखला ਆਪਣੇ ਨਾ ਕਰੀ ਲੈਤੀ ਹੈ। ਮੇਜ਼ਬਾਨ ਟੀਮ ਨੂੰ ਇਸ ਸ਼੍ਰंखला ਚ ਤਰਾ ਇੱਕ ਕੰਨੇ ਅਗੇ ਹੋਈ ਗਈ ਹੈ। ਟੈਸਟ ਮੈਚ ਦੇ ਕੱਲ ਚੌਥੇ ਰੋਜ ਦੂਈ ਪਾਰੀ ਚ 192 ਰੰਝ ਦੇ ਲਕਸ਼ਤਾ ਪੀਛਾ ਕਰਦਿਓਈ ਭਾਰਤ ਕੀ ਇੰਗਲੈਂਡ ਦੀ ਗੇਂਦ ਬਾਜ਼ੀ ਕਰਨੇ ਪਹਿਲੇ ਕਿਸ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਪਰ ਸ਼ੁਭਮਨ ਗਿਲ ਦੀ ਹਾਫ ਸੈਂਚਰੀ ਤੇ ਦਰੂਪ ਜੁਰੇਲ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਭਾਰਤ ਦੀ ਜਿੱਤ ਦੁਆਈ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਯਸ਼ਸ਼ਵੀ ਜੈਸਵਾਲ ਦੀ ਪਾਰੀ ਕਰਨ ਨੇ ਭਾਰਤ ਦੀ ਸ਼ੈ ਸ਼ੁਰੂਆਤ ਹੋਈ। ਇੰਗਲੈਂਡ ਦੀ ਤਰਫਾ ਫਿਰਕੀ ਗੇਂਦਬਾਜ਼ ਸ਼ੋਏ ਬਸ਼ੀਰ ਨੇ ਭਾਰਤ ਦੀ ਦੋ ਹੀ ਪਾਰੀ 'ਚ ਸਭਨੇ ਸ਼ਾਮਤियां ਤ੍ਰੈਵਿਕਟਾਂ ਹਾਸਲ ਕੀਤੀਆਂ। ਪੱਛਮ ਬੰਗਾਲ 'ਚ ਰਾਮ ਨੋਮੀ ਦੇ ਮੌਕੇ 'ਤੇ ਉਹ ਦੇ दंगे फसाद आले मामले चे आए मामले च राष्ट्रीय जांच एजेंसी एनआईए ने एक धार्मिक जलूस दौरान साम्प्रदायिक अमले की साजिश रचने उसी अंजाम देने दे आरोप च सोलह जने की गिरफ़्तार किया है एनआईए ने जांच दौरान सामने आए दे के सबूतें जब्त की गेद वीडियो फुटेज की बिना पर आरोपियों की पंछान की है एक घटना पिछले बरे त्री मार्च की पश्चिम बंगाल के उत्तरी दिनाजपुर जिले च रामनवमी के जलूस दौरान हुई गिरफ्तार लोगों पर जलूस च हिस्सा विशेष समुदाय पर हमला करने का आरोप है ਰਾਸ਼ਟਰੀ ਜਾਂਚ ਏਜੰਸੀ ਇਸ ਮਾਮਲੇ ਦੀ ਜਾਂਚ ਕਰਾ ਕਰਦੀ ਹੈ। ਖਜ਼ਾਨਾ ਮੰਤਰੀ ਨਿਰਮਲਾ ਸੀ타 ਰਮਨੋ ਨੇ ਭਾਰਤੀ ਰਿਜ਼ਰਵ ਬੈਂਕ ਦੀ ਨਵੇਂ ਸਟਾਰਟਅਪ ਤੇ ਫਿਨਟੈਕ ਕੰਪਨੀਆਂ ਕਰਨੇ ਮਹੀਨਾਵਾਰ ਮੀਟਿੰਗ ਕਰਨਾਸਤੇ ਆਖਿਆ ਤਾਂ ਜੋ ਉੰਦੀ ਵਿਨੀ ਵਿਯਮਕ ਚਿੰਤਾਆਂ ਦਾ ਨਿਵੇੜਾ ਕੀਤਾ ਜਾイ ਸਕੇ। 50 ਸਟਾਰਟਅਪ ਤੇ ਫਿਨਟੈਕ ਫਰਮਸ ਦੇ ਉੱਚ ਅਧਿਕਾਰੀਆਂ ਕਰਨੇ ਇੱਕ ਬੈਠਕ ਦੀ ਅਧਿਖਸ਼ਤਾ ਕਰਦੇ ਹੋਏ ਖਜ਼ਾਨਾ ਮੰਤਰੀ ਹੋ ਰਿਹਾ ਕਿਆ ਜੇ ਫਿਨਟੈਕ ਕੰਪਨੀਆਂ ਤਰਫੋਂ ਨਵੇਂ ਕਾੜੇ ਕਰਨੇ ਦਿੱਤੇ ਦੇ ਸੁਧਾਰ ਜਾਂ ਹਲ ਆਰਥਿਕ ਸੇਵਾ ਖੇਤਰਾਸਤੇ ਬੜੇ ਮਹੱਤਵਪੂਰਨ। ਤੇ ਅਖੀਰ ਚ ਖਾਸ ਖਾਸ ਖਬਰ ਇਕ ਵਾਰੀ ਪੜਤੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਆਖਿਆ ਜੇ ਸਰਕਾਰ ਨੇ ਅਸਰਦਾਰ ਨੀਤੀਆਂ ਤਿਆਰ ਕਰਨੇ ਚ ਸੰਕੋਚ ਕਰਨੇ ਤੇ ਪਰਿਵਾਰਵਾਦ ਅਲੀਪਿਰਤ ਕੀ ਖਤਮ ਕਰੀ ਦਿੱਤਾ ਹੈ ਪ੍ਰਧਾਨ ਮੰਤਰੀ ਹੋਰ ਅੱਜ ਕੇਰਲ ਚ ਕੋਈ 1800 ਕਰੋੜ ਰੁਪਏ ਦੀਆਂ ਅੰਤਰਿਕਸ਼ ਪ੍ਰੋਜੈਕਟਾਂ ਦਾ ਉਦਘਾਟਨ ਕਰਗਨ ਵਿਦੇਸ਼ ਮੰਤਰੀ ਐਸ ਜੇ ਸ਼ੰਕਰੋ ਹੋਰ ਆਖਿਆ ਜੇ ਭਾਰਤ ਨੂੰ ਪੱਛਮੀ ਬੰਨੇ ਸਨੇ ਬੰਨੇ ਪਾਰਾ ਦੀ ਚੁਣੌਤੀਆਂ ਦਾ ਬਨਕਦਾ ਪਰਤਾ ਦਿਆ ਕਰਦਾ ਹੈ ਰਾਸ਼ਟਰਪਤੀ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਹੋਰੇ ਮਸ਼ਹੂਰ ਗਜ਼ਲ ਗਾਇਕ ਪੰਕਜ ਉਦਾਸ ਦੀ ਮੌਤ ਪਰ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਫਿਲਿਸਤੀਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਤਈਆ ਹੋਰੇ ਗਜ਼ਾ ਜੰਗ ਦੇ ਚਲਦੇ ਆਪਣੇ ਅਹੁਦੇ ਪਰ ਅਸਤੀਫਾ ਦੇ ਦਿੱਤਾ ਹੈ ਤੇ ਮਹਿਲਾ ਪ੍ਰੀਮੀਅਰ ਕ੍ਰਿਕਟ ਲੀਗ ਚ ਦਿੱਲੀ ਕੈਪੀਟਲਸ ਨੇ ਯੂਪੀ ਵਾਰੀਅਰਸ ਕੀ 9 ਵਿਕਟਾਂ ਕਰਨੇ ਰਾਇਆ ਖਬਰੇ ਦੇਸ ਬੁਲੇਟਿਨ ਚ ਬਸ ਇੰਨਾ ਗੇ